ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਠੀਕ ਠਾਕ ਹੋ? ਅੱਜ ਤੁਹਾਡੇ ਵਾਸਤੇ ਬਲਕਾਰ 2525 ਦੀ ਵੀਡੀਓ ਲੈ ਕੇ ਆਏ ਹਾਂ। ਕੁਝ ਦੱਸਾਂਗੇ ਇਹਦੇ ਬਾਰੇ ਤੁਹਾਨੂੰ। 54 ਇੰਚੀ ਮਸ਼ੀਨ ਹੈ ਜੀ, ਦੇਖੋ 6 ਸਟਾਰ ਵਾਕਰ ਹੈ। 1 2 3 4 5 6 ਜੌਂਡੀਏ ਟਰੈਕਟਰ 'ਤੇ ਹੈ। ਆਹ ਹੈਗੇ ਜੀ 24 ਅਤੇ ਉੱਤੇ ਟਰੈਕਟਰ ਦੇ ਹੈਗੇ 20 ਐਂਡ 24। ਇਹ ਜੀ ਨਵਾਂ ਫੰਕਸ਼ਨ ਇੱਕ ਆਹ ਹੈ ਜੀ ਫੀਡਰ ਦੇ ਵਿੱਚ। ਆਹ ਦੇਖੋ ਤੁਸੀਂ, ਅੱਗੇ ਪਹਿਲਾਂ ਵਾਲੀਆਂ ਮਸ਼ੀਨਾਂ ਦੇ ਜਦੋਂ ਮਾਲ ਆਉਂਦਾ ਸੀਗਾ ਉਦੋਂ ਚੈਨ 'ਤੇ ਦਾਅ ਪੈਂਦੀ ਸੀ ਕਿਉਂਕਿ ਇੱਥੇ ਚੱਲਦਾ ਸੀ ਸਿਸਟਮ। ਹੁਣ ਇਹਨਾਂ ਨੇ ਇੱਕ ਸਿਸਟਮ ਹੋਰ ਕੀਤਾ ਕਿਉਂਕਿ ਇਹ ਫੀਡਰ ਦੀ ਜਿੰਨੀ ਚੈਨ ਹੈ ਉੱਪਰ ਥੱਲੇ ਹੋ ਜਾਂਦੀ ਹੈ। ਆਹ ਦੇਖੋ, ਤੁਹਾਨੂੰ ਕਰਕੇ ਦਿਖਾਓ। ਇੱਕ ਨਵਾਂ ਫੀਚਰ ਆਹ ਹੈ ਜੀ, ਮਾਡਲ ਹੈਗੀ ਹੈ 19 ਅਤੇ ਕਾਹ ਲਾਈਆਂ ਜੀ ਪੱਤੀਆਂ ਥੱਲੇ, ਵੀ ਉਹ ਚੈਨ ਕੋਈ ਮਾੜੀ ਮੋਟੀ ਢਿੱਲੀ ਵੀ ਚੱਲ ਜੇ ਕੋਈ ਦਿੱਕਤ ਨਹੀਂ। ਆਹ ਚਾਦਰ ਨਹੀਂ ਘੱਸਦੀ ਜਿਹੜੀ ਥੱਲੇ ਲੱਗੀ ਹੋਈ ਹੈ, ਬਹੁਤ ਵਧੀਆ। ਲਾਈਫ ਚੰਗੀ ਮਿਲ ਜਾਂਦੀ ਚੈਨਾਂ ਦੀ ਕਿਉਂਕਿ ਉੱਪਰ ਥੱਲੇ ਹੁੰਦੀ ਰਹਿੰਦੀ, ਜਿੰਨਾ ਜਿੰਨਾ ਮਤਲਬ ਕਿ ਥੱਲੇ ਮਾਲ ਆਉਂਦਾ ਉੰਨੀ ਉੱਪਰ ਹੋ ਜਾਂਦੀ। ਪਹਿਲਾਂ ਵਾਲੀ ਮਸ਼ੀਨਾਂ ਦੇ ਉੱਪਰ ਨਹੀਂ ਹੁੰਦੀ ਸੀ, ਚੈਨਾਂ ਦੇ ਦਾਅ ਪੈਂਦੀ ਸੀਗੀ। ਹੋਰ ਬਾਕੀ ਸੇਮ ਹੈ, ਬਾਕੀ ਹੁਣ ਐਲੀਵੇਟਰਾਂ ਦੇ ਵਿੱਚ ਵਧੀਆ ਜਿਹੜੀ ਵਿਚਾਲੇ ਪਲੇਟ ਹੁੰਦੀ ਹੈ ਉਹ ਸਟੀਲ ਦੀ ਲਾਉਣ ਲੱਗ ਗਏ। ਬਾਕੀ ਇੱਕ ਆਪਣੇ ਦੇਖੋ ਜੀ, ਇਹ ਪਹਿਲਾਂ ਘੋੜੀ ਦੇ ਸਾਈਡ ਬੈਰਿੰਗ ਨਹੀਂ ਆਉਂਦਾ ਸੀਗਾ। ਆਹ ਇਸ ਪੁਲੀ 'ਤੇ ਬੈੱਡ ਕਿਸ਼ਤੀ ਝਾਰਨੇ, ਠੀਕ ਹੈ ਜੀ। ਪਹਿਲਾਂ ਇਕੱਲਾ ਆਹ ਬੈਰਿੰਗ ਹੁੰਦਾ ਸੀਗਾ ਜੀ 7 ਨੰਬਰ, ਹੁਣ ਇਹਨਾਂ ਨੇ ਕਰੈਂਕ ਨੂੰ ਵਧਾ ਕੇ ਇੱਕ ਸਾਈਡ 'ਤੇ ਹੋਰ ਲਾਤਾ ਜੀ ਬੈਰਿੰਗ। ਇਹਦੇ ਨਾਲ ਸੇਫਟੀ ਹੋ ਗਈ, ਮਤਲਬ ਕਿ ਦਾਬ ਨਹੀਂ ਆਉਂਦੀ ਇਹ 'ਤੇ ਕਿਉਂਕਿ ਇਹਦੇ ਦਾਅ ਬਹੁਤ ਪੈਂਦੀ ਜੀ। ਸਟਾਰ ਵਾਕਰ ਚੱਲਦੇ ਆ ਜੀ, ਛਾਨਣੇ ਚੱਲਦੇ ਆ, ਬੈੱਡ ਚੱਲਦਾ ਹੈ, ਮਤਲਬ ਕਿ ਲਾ ਲਓ ਤੁਸੀਂ 50-60% ਮਸ਼ੀਨ ਇਸੇ 'ਤੇ ਇਕੱਲੀ 'ਤੇ ਚੱਲਦੀ ਹੈ। ਬਾਕੀ ਇੱਕ ਨਵਾਂ ਫੀਚਰ ਹੋਰ ਹੈ ਜੀ, ਟੈਂਕੀ ਪਿੱਛੇ ਕਰਤੀ ਡੀਜ਼ਲ ਦੀ, 180-85 ਲੀਟਰ ਡੀਜ਼ਲ ਆ ਜਾਂਦਾ, ਪਹਿਲਾਂ ਅੱਗੇ ਹੁੰਦੀ ਸੀ ਟਰੈਕਟਰ ਦੇ ਮਗਰ। ਬਾਕੀ ਸੇਮ ਹੈ ਜੀ। ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ, ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਕਿਉਂਕਿ ਤੁਹਾਡੇ ਵਾਸਤੇ ਨਵੀਆਂ ਨਵੀਆਂ ਵੀਡੀਓ ਲੈ ਕੇ ਆਇਆ ਕਰਾਂਗੇ।